ਕੇਂਦਰ ਸਰਕਾਰ ਨੇ ਸਾਉਣੀ ਦੀਆਂ 14 ਫਸਲਾਂ ਲਈ MSP ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਫਸਲਾਂ ਦੀ SSP ਦੇ ਵਿੱਚ ਵੀ ਵਾਧਾ ਕੀਤਾ ਹੈ। ਲੇਕਿਨ ਕਿਸਾਨ ਆਗੂਆਂ ਨੇ ਇਸ ਨੂੰ ਨਾ ਕਾਫੀ ਦੱਸਿਆ ਹੈ ਤੇ ਮੁੜ ਤੋਂ ਆਪਣੀ ਮੰਗ ਦੁਹਰਾਉਂਦੇ ਹੋਏ ਕਿਹਾ ਹੈ ਕਿ ਸਰਕਾਰ MSP ਖਰੀਦ ਗਰੰਟੀ ਕਾਨੂੰਨ ਬਣਾਵੇ। ਕਿਸਾਨਾਂ ਨੇ ਇਸ ਪ੍ਰਤੀਕਰਮ ਤੇ ਭਾਜਪਾ ਲੀਡਰ ਹਰਜੀਤ ਗਰੇਵਾਲ ਨੇ ਜਵਾਬ ਦਿੱਤਾ ਹੈ। ਸੁਣੋ ਆਖਿਰ ਕੀ ਕਿਹਾ। ਭਾਰਤ ਸਰਕਾਰ ਨੇ MSP 14 ਫਸਲਾਂ ਤੇ ਬਹੁਤ ਵਧਾਈ ਹੈ ਇਜ਼ਾਫਾ ਕੀਤਾ, ਜਿਹਦੇ ਨਾਲ ਕਿਸਾਨ ਨੂੰ ਲਾਭ ਵਾਲੀ ਕੀਮਤ ਮਿਲੇਗੀ ਔਰ ਉਹਦਾ ਹੱਥ ਵੀ ਸੁਖਾਲਾ ਹੋਏਗਾ। ਔਰ ਮੈਂ ਸਮਝਦਾ ਕਿ ਇਸ ਦਾ ਧੰਨਵਾਦ ਕਰਨਾ ਚਾਹੀਦਾ ਨਰਿੰਦਰ ਮੋਦੀ ਜੀ ਦਾ, ਜੋ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਮੈਂ ਸਮਝਦਾ ਕਿ ਇਹ ਕਿਸਾਨ ਦਾ ਹਿੱਤ ਨਹੀਂ ਸਾਧ ਰਹੀ ਹੈ ਤਾਂ ਆਪਣੇ ਸਵਾਰਥ ਸਾਧ ਰਹੇ ਹੈ, ਔਰ ਕਿਸਾਨ ਦਾ ਹਿੱਤ ਮੋਦੀ ਜੀ ਸਾਧ ਰਹੇ ਹੈ। ਔਰ ਮੈਂ ਸਮਝਦਾ ਵੀ ਇਹਨਾਂ ਨੂੰ ਆਪਣੇ 'ਤੇ ਕੰਮ ਕਰਨ ਦੇ ਤਰੀਕੇ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ, ਨਹੀਂ ਤਾਂ ਕਿਸਾਨ ਖੁਦ ਇਹਨਾਂ ਦੇ ਕੰਮ ਕਰਨ ਦੇ ਤਰੀਕੇ 'ਚ ਸੁਧਾਰ ਕਰਾਏਗਾ, ਕਿਉਂਕਿ ਇਹ ਕਿਸਾਨ ਦਾ ਨਾਮ ਵੀ ਬਦਨਾਮ ਕਰਦੇ ਨੇ। ਔਰ ਕਿਸਾਨ ਬੜਾ ਪਵਿੱਤਰ ਨਾਮ ਹੈ, ਉਹ ਅਨਾਜ ਵੀ ਪੈਦਾ ਕਰਦਾ ਔਰ ਅਨੁਸ਼ਾਸਨ 'ਚ ਵੀ ਰਹਿੰਦਾ ਔਰ ਦੇਸ਼ ਦੇ ਕਾਨੂੰਨ ਨੂੰ ਵੀ ਮੰਨਦਾ। ਇਹ ਜਿੰਨਾ ਨੁਕਸਾਨ ਪੰਜਾਬ ਦਾ ਇਹ ਅਖੌਤੀ ਕਿਸਾਨ ਜਥੇਬੰਦੀਆਂ ਨੇ ਕੀਤਾ, ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਆਰਥਿਕ ਤੌਰ 'ਤੇ ਵੀ ਨੁਕਸਾਨ ਹੋ ਰਿਹਾ, ਇਨਵੈਸਟਮੈਂਟਸ ਵੀ ਜਾ ਰਹੀਆਂ ਨੇ ਔਰ ਲੋਕ ਵੀ ਪਰੇਸ਼ਾਨ ਹੋ ਰਹੇ ਨੇ। ਔਰ ਜਦੋਂ ਤੱਕ ਇਹ ਫਿਰ ਕਹਿੰਦੇ ਕਿ ਅਸੀਂ ਤਾਂ ਭਾਰਤ ਸਰਕਾਰ ਦੇ ਖਿਲਾਫ਼ ਅੰਦੋਲਨ ਕਰਨਾ, ਬਈ ਬਹੁਤ ਸਾਰੀਆਂ ਚੀਜ਼ਾਂ ਸਟੇਟ ਗੌਰਮੈਂਟ ਨੇ ਵੀ ਕਰਨੀਆਂ ਹੁੰਦੀਆਂ, ਕਦੇ ਇਹਨਾਂ ਨੇ ਆਮ ਆਦਮੀ ਤੋਂ ਨਹੀਂ, ਕਿਉਂਕਿ ਸਪੋਂਸਰਡ ਬਾਈ ਦਾ ਆਮ ਆਦਮੀ ਪਾਰਟੀ ਹੈ ਇਹ ਸਾਰਾ। ਅਤੇ ਇਸ ਲਈ ਮੈਂ ਸਮਝਦਾ ਕਿ ਇਹ ਕਿਸਾਨ ਦੇ ਹਿੱਤ ਦੀ ਗੱਲ ਕਰਨ ਦੀ ਬਜਾਏ ਆਪਣੇ ਜਿਹੜੇ ਇਹਨਾਂ ਦੇ ਆਕਾ ਨੇ ਉਹਨਾਂ ਦੇ ਦੀ ਹੱਕ ਦੀ ਗੱਲ ਕਰਦੇ ਆ, ਉਹਨਾਂ ਦੇ ਪੱਖ ਦੀ ਗੱਲ ਕਰਦੇ ਆ, ਕਿਸਾਨ ਦੇ ਹਿੱਤ ਨਹੀਂ ਸੁਧਾਰਦੇ। ਮੇਰੀ ਇਹਨਾਂ ਨੂੰ ਇਹੀ ਅਪੀਲ ਆ ਕਿ ਆਪਣੇ ਕੰਮ ਕਰਨ ਦੇ ਤਰੀਕੇ 'ਤੇ ਦੁਬਾਰਾ ਗੌਰ ਕਰਨ। ਪਹਿਲਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਪਹਿਲਕਾ ਨਿਊਜ਼ ਬਾਗੀ ਹੈ। ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਪਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।